ਝੋਨਾ ਵੱਢ ਕੇ ਕਣਕ ਬੀਜਣੀ, ਬਾਪੂ ਹੋਇਆ ਬਿਮਾਰ ਨੀ ਚੰਡੀਗੜ੍ਹ ਵਾਲੀਏ। ਚੰਡੀਗੜ੍ਹ ਵਾਲੀਏ, ਚੱਲ ਬਾਹਰ। ਨੈਕਸਟ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੁਣਾਓ। ਹਾਂਜੀ, ਫਿਟ ਫਾਈਨ, ਕਰੀ ਸਭ ਠੀਕ ਆ, ਤੁਸੀਂ? ਓਏ, ਅਸੀਂ ਹੋਰ ਸੁਣਾਓ ਨੀ ਕਿਹਾ, ਅਸੀਂ ਕਿਹਾ ਗਾਣਾ ਸੁਣਾਓ, ਗਾਣਾ। ਓਕੇ, ਮੈਂ ਤੈਨੂੰ ਸਮਝਾਵਾ ਕੀ ਨਾ ਤੇਰੇ ਬਾਜੋ ਲੱਗਦਾ ਜੀ, ਤੂੰ ਕੀ ਜਾਣੇ ਪਿਆਰ ਮੇਰਾ। ਗਾਣਾ ਤੇ ਬਹੁਤ ਵਧੀਆ ਸੀ। ਥੈਂਕ ਯੂ ਜੀ। ਚਲੋ ਹੁਣ ਗਾ ਕੇ ਸੁਣਾਓ। ਹਾਂਜੀ। ਗਾਇਆ ਤਾਂ ਸੀਗਾ ਮੈਡਮ, ਪਰ ਬਹੁਤ ਬੁਰਾ ਗਾਇਆ। ਗਾਉਣਾ ਤੁਹਾਡੇ ਵਾਸਤੇ ਗੱਲ ਨਹੀਂ ਹੈ, ਆਊਟ। ਨੈਕਸਟ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹੋਇਆ ਕੀ ਜੇ ਅੱਜ ਅਸੀਂ ਹੋ ਗਏ ਬੇਗਾਨੇ ਨੀ। ਹੈਲੋ, ਪੁਲਿਸ ਸਟੇਸ਼ਨ? ਸਰ, ਮੈਂ ਚੰਡੀਗੜ੍ਹ ਕਾਲਜ ਤੋਂ ਬੋਲਿਆ, ਇੱਥੇ ਪੰਗਾ ਪੈ ਗਿਆ, ਤੁਸੀਂ ਜਲਦੀ ਆ ਜਾਓ। ਮਾਫ ਕਰ ਦੋ, ਇਹ ਤਾਂ ਲਤਾ ਮੰਗੇਸ਼ਕਰ ਹੈ। ਮੈਨੂੰ ਲਤਾ ਮੰਗੇਸ਼ਕਰ ਕਹਿ ਰਹੇ? ਲੈ, ਇੰਨੀ ਕੁੱਟ ਖਾਣ ਤੋਂ ਬਾਅਦ ਤਾਂ ਚਾਹੀਦੀ ਉਹ ਤਾਂ ਕਿਸ਼ੋਰ ਕੁਮਾਰ ਕਾ ਹਾਲ ਹੈ, ਉਹ ਵੀ ਕਹਿ ਦੂਗਾ ਕੋਈ ਨਾ ਇੰਪ੍ਰੈਸ ਹੋਈ ਜਾ ਕਰ। ਚੱਲ ਇੱਥੋਂ। ਹਾਂ, ਚਲੋ। ਥੈਂਕ ਯੂ ਬੇਟਾ। ਜਨਾਬ, ਤੁਹਾਡੀ ਰੋਟੀ ਆ ਗਈ। ਉਹ ਯਾਰ, ਭੁੱਖ ਲੱਗੀ ਆ, ਫਟਾਫਟ ਰੋਟੀ ਲਾ ਦੇ, ਹੱਥੋਂ ਕਿਆ ਮੈਂ। ਜੀ ਜਨਾਬ। ਚਲੋ ਸੱਜਣ ਤਰੋ ਬਣਾਉਨੇ ਆ ਤੁਹਾਨੂੰ ਬੰਦੇ। ਆ ਜੀ, ਹੋਲੀ ਜਾਂਦੇ ਆ, ਕਿ ਕਾਨੂੰ ਅਸੀਂ ਸਾਹ ਕੇ ਮਾਰੀ ਜਾਂਦੇ ਆ। ਚਲੋ ਬੈਠੋ ਸਾਲੇ ਲੱਡੂ। ਇੱਜ਼ਤ ਨਾਲ ਤੁਹਾਡੀ ਗੱਲ ਕੀ ਆ? ਦੱਸਿਆ ਤੁਹਾਡੇ ਨਾਲ ਗੱਲ, ਬੰਦਾ ਬੜਾ ਟੇਢਾ ਹੈ ਮੈਂ। ਉਹ ਬਖਸ਼ੀਸ਼। ਜੀ ਜਨਾਬ। ਰੋਟੀ ਕਿੱਥੇ ਆ ਮੇਰੀ ਜਨਾਬ? ਉਹ ਸਾਲਿਓ, ਇਹ SHO ਸਭ ਦੀ ਰੋਟੀ ਸੀ। ਸੋਰੀ ਜਨਾਬ, ਕੌਣ ਆ ਇਹ ਜਨਾਬ? ਜਨਾਬ ਇਹ ਉਹੀ ਨੇ ਜੀ, ਜਿਨ੍ਹਾਂ ਲਈ ਯੂਨੀਵਰਸਿਟੀ ਚੋਂ ਫੋਨ ਆਇਆ ਸੀ। ਸਾਲੇ ਛਿੱਤਰ ਖਾਣ ਲਈ ਆਏ ਸੀ ਤੇ ਇੱਥੇ ਰੋਟੀਆਂ ਖਾਣ ਬਹਿ ਗਏ। ਹੱਥ ਨੀ ਚੱਕਣਾ ਰੋਟੀ ਖਾਂਦਿਆਂ ਤੇ? ਜੀ ਜਨਾਬ। ਖਾ ਲੈਣ ਦੋ ਇਹਨਾਂ ਨੂੰ, ਕੋਈ ਨੀ, ਫਿਰ ਥੱਲੋਂ ਕੱਢ ਵੀ ਦੇਵਾਂਗੇ। ਸਾਲਿਓ, ਮੂੰਹ ਚ ਰੋਟੀ ਫਸਾ ਕੇ ਰੱਖਿਓ, ਮੁੱਕਣ ਨਾ ਦਿਓ, ਹੱਥ ਬਹੁਤ ਪੈਣੀ ਆ।